ਉਸ ਦੇ ਨੂਰੋਂ ਤੇ ਉਸ ਦਾ ਨੂਰ ਅਜ਼ਹਰੋਂ ਉਸ ਨੂੰ ਤਖਤ ਹੋਏ ਅਰਸ਼ ਦਾ ਮਿਲਿਆ ਤੇ ਮੂਸਾ ਨੂੰ ਕੋਤੁਰੋਂ ਨਾ ਤੇ ਉਹਨਾਂ ਦੀ ਓਏ ਲਾਇਕ ਪਾਕੀ ਤੇ ਕੀ ਦੱਸਾਂ ਨਦਾਨਾ ਮੈਂ ਪਲੀਤ ਨਦੀ ਵਿੱਚ ਵੜਿਆ ਸੁਭਾਨ ਦੁਨੀਆ ਪੁਰ ਫਿਤਨ ਪਲੀਤ ਦੁਨੀਆ ਮੈਂ ਪਲੀਤ ਨਦੀ ਵਿੱਚ ਵੜਿਆ ਪਾਕ ਕਰੇ ਉਹ ਤਾਂ ਜਾਣਾ ਸੁਭਾਨ ਅੱਲਾ ਮੈਂ ਪਲੀਤ ਨਦੀ ਵਿੱਚ ਵੜਿਆ ਤੇ ਪਾਕ ਕਰੇ ਤਾਂ ਜਾਣਾ ਬਹੁਤੀ ਖੁਸ਼ੀ ਹੋਏ ਵੀ ਗਮੀ ਬਰਾਬਰ ਤੇ ਇਸ ਵਿੱਚ ਝੂਠ ਉਹ ਨਾ ਜਾਣੀ ਸੁੱਕ ਜਾਂਦੇ ਹੋ ਹੋਏ ਰੁੱਖ ਮੁਹੰਮਦ ਤੇ ਜਿਨ੍ਹਾਂ ਨੂੰ ਬਹੁਤਾ ਹੋਏ ਪਾਣੀ ਇਹ ਜਿਹੜੇ ਲੋਕ ਅਸਾਂ ਕੋਈ ਮਰ ਜਾਏ ਤੇ ਬੜੇ ਤਗੜੇ ਖਤਮ ਖਵਾਉਂਦੇ ਹਾਂ ਲੇਕਿਨ ਜਿਸ ਕੋਈ ਵਿਆਹ ਸ਼ਾਦੀ ਹੋਵੇ ਤੇ ਕੰਜਰ ਫਾਸ਼ਾ ਔਰਤਾਂ ਕੰਜਰੀਆਂ ਨੱਚਣ ਵਾਲੀਆਂ ਬਣਾ ਲੈਂਦੇ ਹਾਂ ਮੀਆਂ ਸਾਹਿਬ ਇਸੇ ਵਾਸਤੇ ਫਰਮਾਇਆ ਕਿ ਬਹੁਤ ਹੀ ਖੁਸ਼ੀ ਵੀ ਗਮੀ ਬਰਾਬਰ ਹੁੰਦੀ ਹੈ ਅਤੇ ਐਸੀ ਖੁਸ਼ੀ ਨਾ ਕਰੋ ਜਿਹੜੀ ਤੁਹਾਨੂੰ ਬੁਰਾਈ ਤਰਫ ਲੈ ਜਾਏ ਜਿਹੜੀ ਤੁਹਾਨੂੰ ਬਜਾਏ ਸਰਕਾਰ ਦੀ ਸੁਨਤ ਜਿਹੜੀ ਜ਼ਿੰਦਾ ਕਰਦੇ ਹੋ ਅਦਾ ਕਰਦੇ ਹੋ ਨਿਕਾਹ ਕਰਦੇ ਹੋ ਉਹ ਜ਼ੁਲਮਤ ਵਿੱਚ ਨਾ ਸ਼ਾਮਿਲ ਹੋ ਜਾਏ ਅਤੇ ਮੇਰੇ ਦੋਸਤੋ ਕੀ ਹੋਇਆ ਜੇ ਉਹ ਇੱਕ ਦੋ ਵਾਰੀ ਨਸ਼ਾ ਉਹ ਮੈਂ ਵੀ ਉਹ ਕੀਤਾ ਚੁਗਲੀ ਤੇ ਉਹ ਬਖੀਲੀ ਨਾਲੂੰ ਤੇ ਵੱਡਾ ਕੋਈ ਐਬ ਨਹੀਂ ਕੀਤਾ ਸੁਭਾਨ ਅੱਲਾ ਚਾਰ ਸ਼ੇਰ ਜਿਹਨਾਂ ਦੇ ਵਲਦੈਨ ਦੁਨੀਆਂ ਟੁੱਟ ਗਏ ਨੇ ਬਿਲਹਸੂਸ ਉਹਨਾਂ ਵਾਸਤੇ ਔਰ ਜਿਹਨਾਂ ਦੇ ਵਲਦੈਨ ਜਿਸੇ ਦੁਨੀਆਂ ਟੁੱਟ ਜਾਂਦੇ ਨੇ ਜਿਸੇ ਭੈਣਾਂ ਘਰ ਆਉਂਦੀਆਂ ਨੇ ਅਤੇ ਕਈ ਭਰਜਾਈਆਂ ਜਿਹੜੀਆਂ ਨੇ ਉਹ ਭੈਣਾਂ ਨੂੰ ਨਹੀਂ ਬਰਦਾਸ਼ਤ ਕਰਦੀਆਂ ਅਤੇ ਭਰਾ ਫਿਰ ਬੀਵੀਆਂ ਦੀ ਸੁਣਦੇ ਨੇ ਇਹਨਾਂ ਵਿੱਚ ਚਾਰ ਸ਼ੇਰ ਨੇ ਇੱਕ ਮਾਂ ਦੀ ਸ਼ਾਨ ਤੋਂ ਸ਼ੁਰੂ ਹੋਇਆ ਦੁਆ ਬਾਪ ਦੀ ਤੋਂ ਤੀਆ ਭਾਈ ਦੀ ਤੋਂ ਚੌਥਾ ਭੈਣ ਦੀ ਤੋਂ ਸੁਭਾਨ ਅੱਲਾਹ ਬਿਲਖਸੂਸ ਦਨਾਨ ਸਾਹਿਬ ਦਾ ਹੁਕਮ ਸੀ ਕਿ ਸੈਫਲ ਮਲੂਕ ਵੀ ਪਹਿਲੇ ਪੜ੍ਹਨੀ ਇਸ ਵਾਸਤੇ ਸੁਭਾਨ ਅੱਲਾਹ ਬਾਪ ਜਾਵਣ ਸਿਰ ਨੰਗਾ ਹੁੰਦਾ ਸੁਭਾਨ ਅੱਲਾਹ ਬਾਪ ਜਾਵਣ ਸਿਰ ਨੰਗਾ ਹੁੰਦਾ ਬਾਈ ਜਾਵਣ ਕੰਡ ਖਾਲੀ ਮਾਵਾਂ ਬਾਜ ਮੁਹੰਮਦ ਬਖਸ਼ਾ ਤੇ ਕੌਣ ਕਰੇ ਰਖਵਾਲੀ ਮਾਵਾਂ ਬਾਜ ਮੁਹੰਮਦ ਬਖਸ਼ਾ ਤੇ ਕੌਣ ਕਰੇ ਰਖਵਾਲੀ ਸੁਭਾਨ ਅੱਲਾ ਮਾਂ ਗਈ ਤੇ ਉਹ ਪੇਕੇ ਮੁੱਕ ਗਏ ਸੁਭਾਨ ਅੱਲਾ ਮਾਂ ਗਈ ਤੇ ਉਹ ਪੇਕੇ ਮੁੱਕ ਗਏ ਇੱਥੇ ਮੇਰਾ ਇੱਕ ਸਬਕ ਸੁਣ ਲਓ ਸ਼ਾਇਦ ਮੇਰੀ ਬਖਸ਼ੇ ਦਾ ਸਵਾਬ ਬਣ ਜਾਏ ਦੋ ਮੀਮਾਂ ਮੁਹੰਮਦ ਦੇ ਅੰਦਰ ਆਉਂਦੀਆਂ ਤੇ ਦੋ ਹੀ ਮੀਮਾਂ ਮਾਮੇ ਦੇ ਅੰਦਰ ਆਉਂਦੀਆਂ ਸੁਭਾਨ ਅੱਲਾ ਤੇ ਮੇਰੇ ਦੋਸਤੋ ਮਾਂ ਟੁੱਟ ਜਾਏ ਦੁਨੀਆ ਤੋਂ ਤੇ ਮਾਂ ਬਾਪ ਦੀ ਗੱਲ ਮਾਂ ਦੀ ਅਗਰ ਯਾਦਾਸ਼ਤ ਜ਼ਿੰਦਾ ਰੱਖਣੀ ਹੈ ਤੇ ਮਾਮੇ ਦੀ ਗੱਲ ਸੁਣੋ ਸੁਭਾਨ ਅੱਲਾ ਮਾਂ ਗਈ ਤੇ ਉਹ ਪੇਕੇ ਮੁੱਕ ਗਏ ਬਾਪ ਟੁਰਿਆ ਕਰ ਵੇਲਾ ਜੇਕਰ ਵੀਰ ਪਿਆਰੇ ਟੁਰ ਜਾਣ ਤੇ ਉਜੜ ਜਾਂਦਾ ਜੇ ਉਹ ਮੇਲਾ ਸੁਭਾਨ ਅੱਲਾ ਜੇਕਰ ਵੀਰ ਪਿਆਰੇ ਟੁਰ ਜਾਣ ਤੇ ਉਜੜ ਜਾਂਦਾ ਜੇ ਉਹ ਮੇਲਾ ਸੁਭਾਨ ਅੱਲਾ ਭਾਈ ਪਾਈਆਂ ਦੇ ਦਰਦੀ ਹੁੰਦੇ ਸੁਭਾਨ ਅੱਲਾ ਭਾਈ ਪਾਈਆਂ ਦੇ ਦਰਦੀ ਹੁੰਦੇ ਤੇ ਭਾਈ ਪਾਈਆਂ ਦੀਆਂ ਓਏ ਬਾਵਾਂ ਪਿਓ ਸਿਰਾਂ ਦੇ ਉਹ ਤਾਜ ਮੁਹੰਮਦ ਤੇ ਮਾਵਾਂ ਠੰਡੀਆਂ
ਓਏ ਛਾਵਾਂ ਸੁਹਾਨ ਅੱਲਾ ਪਿਓ ਸਿਰਾਂ ਦੇ ਓ ਤਾਜ ਮੁਹੰਮਦ ਤੇ ਮਾਵਾਂ ਠੰਡੀਆਂ ਓਏ ਛਾਵਾਂ ਤੀਆਂ ਲਈ ਪਰਦੇਸ ਨੇ ਬਾਬਲ ਸੁਹਾਨ ਅੱਲਾ ਮਾਸ਼ਾਅੱਲਾ ਤੀਆਂ ਲਈ ਪਰਦੇਸ ਨੇ ਬਾਬਲ ਤੇ ਪੁੱਤਰਾਂ ਲਈ ਜੰਗੀਰਾਂ ਚੁੱਪ ਰਹਿਣਾ ਓਏ ਮੂੰਹ ਕੁਝ ਨਾ ਕਹਿਣਾ ਤੇ ਤੀਆਂ ਦੀਆਂ ਤਕਦੀਰਾਂ ਚੁੱਪ ਰਹਿਣਾ ਮੂੰਹ ਕੁਝ ਨਾ ਕਹਿਣਾ ਤੇ ਤੀਆਂ ਦੀਆਂ ਤਕਦੀਰਾਂ ਮੈਂ ਇਸ ਵਾਸਤੇ ਅਰਜ਼ ਕਰ ਚੁੱਕਿਆ ਜਿਹਨਾਂ ਦੇ ਮਾਂ ਬਾਪ ਦੂਜੇ ਤੁਰ ਗਏ ਅਗਰ ਭੈਣਾਂ ਘਰ 'ਚ ਆ ਜਾਣ ਤੇ ਆਪਣੀਆਂ ਬੀਵੀਆਂ ਦੱਸਿਆ ਕਰੋ ਕਿ ਤੁਹਾਡੀ ਖਿਦਮਤ ਅਸੀਂ ਸਾਰੀ ਜ਼ਿੰਦਗੀ ਕਰਨੇ ਆ ਲਿਆਜ਼ਾ ਇਹਨਾਂ ਭੈਣਾਂ ਨੂੰ ਨਾ ਝਿੜਕੋ ਭੈਣਾਂ ਨਾਲ ਮੁਹੱਬਤ ਕਰੋ ਪਿਆਰ ਕਰੋ ਮੇਰੇ ਦੋਸਤੋ ਅੱਜ ਵਕਤ ਮੌਜੂਦਾ ਦੇ ਅੰਦਰ ਜਿਸ ਵੇਲੇ ਮਾਂ ਅਤੇ ਪਿਓ ਟੁਰ ਜਾਂਦੇ ਨੇ ਅਤੇ ਧੀਆਂ ਜਿਸ ਵੇਲੇ ਘਰੋਂ ਜਾਂਦੀਆਂ ਅਤੇ ਰੋਂਦੀਆਂ ਜਾਂਦੀਆਂ ਨੇ ਕਿ ਸਾਡਾ ਹੁਣ ਘਰ ਦੇ ਅੰਦਰ ਕੋਈ ਨਹੀਂ ਅਸਾਂ ਕਿਸ ਕੋਲ ਆਉਣਾ ਅਤੇ ਮੇਰੇ ਦੋਸਤੋ ਦੀਨ ਦੀ ਤਬਲੀਗ ਮੈਨੂੰ ਇੱਕ ਦੋਸਤ ਅਗਲੇ ਦਿਨ ਮੈਂ ਨਕਿਆਲ 7 ਸਾਲ ਤੋਂ ਜਾ ਰਿਹਾ ਮਿਲਾਦ ਦੀ ਤਕਰੀਰ ਕਰਨ ਵਾਸਤੇ ਉੱਥੇ ਇੱਕ ਮੇਰੇ ਦੋਸਤ ਹਨ ਅਤੇ ਮੈਨੂੰ ਆਖਣ ਲੱਗੇ ਸ਼ਾਹ ਸਾਹਿਬ ਨੇ ਹਫ ਸਾਹਿਬ ਤਕਰੀਰ ਕਰਿਆ ਕਰੋ ਤਬਲੀਗ ਨਾ ਕਰਿਆ ਕਰੋ ਮੈਂ ਕਿਹਾ ਯਾਰਾ ਕਿਉਂ ਉਹਨਾਂ ਕਿਹਾ ਤੁਸੀਂ ਤਬਲੀਗ ਦੇ ਅੰਦਰ ਕੁਝ ਗੱਲਾਂ ਕੌੜੀਆਂ ਹੁੰਦੀਆਂ ਨੇ ਅਤੇ ਲੋਕ ਨਾਰਾਜ਼ ਹੋ ਜਾਂਦੇ ਨੇ ਮੈਂ ਕਿਹਾ ਸ਼ਾਹ ਜੀ ਬੁਲਾਉਣਾ ਨੇ ਤਾਂ ਬੇਸ਼ੱਕ ਨਹੀਂ ਨਾ ਬੁਲਾਉਣਾ ਤਾਂ ਨਾ ਬੁਲਾਉਣ ਲੇਕਿਨ ਤਬਲੀਗ ਮੈਂ ਕਰਨੀ ਕਰਨੀ ਸੁਭਾਨ ਅੱਲਾ ਇਸ ਵਾਸਤੇ ਕੁਝਾਂ ਦੋਸਤਾਂ ਬਜ਼ੁਰਗਾਂ ਨੂੰ ਮੇਰੀਆਂ ਗੱਲਾਂ ਕੌੜੀਆਂ ਲੱਗਦੀਆਂ ਨੇ ਕਿੰਨਾ ਲੱਗਦੀਆਂ ਨੇ ਕਿ ਜਿਹੜੇ ਆਪਣੀਆਂ ਭੈਣਾਂ ਨੂੰ ਬਰਦਾਸ਼ਤ ਨਹੀਂ ਕਰਦੇ ਅਤੇ ਹਜ਼ਰਤ ਮੁਹਤਰਮ ਮੁਹੰਮਦ ਦਨਾਨ ਸਾਹਿਬ ਨੇ ਵਾਲਦਾ ਦੇ ਸਾਰੇ ਸਵਾਬ ਵਾਸਤੇ ਖਤਮ ਰੱਖਿਆ ਅਤੇ ਇਹ ਸਾਰਿਆਂ ਦੋਸਤਾਂ ਨੂੰ ਅੰਗਰੇਜ਼ੀ ਤਰੀਕ 'ਤੇ ਯਾਦ ਹੋ ਸੀ ਕਿ ਖਿਆਲ ਯਾਦ ਹੈ ਨਾ ਕਿਤਨੀ ਤਰੀਕ ਹੈ ਅੰਗਰੇਜ਼ੀ ਦੀ ਅੱਜ ਸੀ 7 ਅਤੇ ਸਫ਼ਰ ਦੀ ਕਿਤਨੀ ਹੈ ਸਫ਼ਰ ਨਹੀਂ ਨਾ ਬਸ 27 ਇਹ ਸਾਰੇ ਦੋਸਤ ਕੋਸ਼ਿਸ਼ ਕਰਿਆ ਕਰੋ ਕਿ ਮੈਂ ਵੀ ਜਿਸਲੇ ਕੋਈ ਰਿਕਾਰਡ 'ਚ ਚੀਜ਼ ਲਿਖਣਾ ਮੈਂ ਤਰੀਕ ਸਲਾਮੀ ਮਹੀਨੇ ਦੇ ਨਾਲ ਲਾਜ਼ਮੀ ਲਿਖਣਾ ਸੁਹਾਨ ਅੱਲਾ ਕਿਉਂਕਿ 3 ਮਹੀਨੇ ਨੇ ਮਹੀਨੇ ਦੀਆਂ 3 ਕਿਸਮਾਂ ਨੇ ਇੱਕ ਉਹ ਸਾਵਣ ਭਾਦਰੂ ਜਿਹੜਾ ਉਹ ਹਿੰਦੂਆਂ ਦਾ ਉਹਨਾਂ ਵਿੱਚੋਂ ਹਿੰਦੂ ਪਤਾ ਲੋਹੀਆਂ ਮਨਾਉਂਦੇ ਨੇ ਜਲਸੇ ਕੱਢਦੇ ਨੇ ਜਲੂਸ ਕੱਢਦੇ ਨੇ ਵਿਸਾਖੀਆਂ ਮਨਾਉਂਦੇ ਨੇ ਇੰਗਲਿਸ਼ ਦਾ ਮਹੀਨਾ ਜਿਹੜਾ ਇਹ ਅੰਗਰੇਜ਼ ਦਾ ਠੀਕ ਹੈ ਜਿਹੜਾ ਇਸਲਾਮੀ ਮਹੀਨਾ ਹੈ ਸਾਡਾ ਮੁਸਲਮਾਨਾਂ ਦਾ ਇਹ ਹੈ ਸੁਹਾਨ ਅੱਲਾ ਅਤੇ ਖਾਸ ਕਰਕੇ ਇਸਲਾਮੀ ਮਹੀਨੇ ਦੇ ਤਰੀਕੇ ਨਾਲ ਯਾਦ ਰੱਖਿਆ ਕਰੋ ਇਹ ਸਬਕ ਤੁਹਾਨੂੰ ਕਿਸੇ ਨੇ ਦੇਣਾ ਕਿਉਂਕਿ ਜੇ ਸਬਕ ਦਿਓ ਕੋਈ ਮੌਲਵੀ ਸਬਕ ਦੇ ਜਾਏ ਫਿਰ ਪਤਾ ਉਸ ਕੀ ਪੈਸੇ ਥੋੜ੍ਹੇ ਲੱਭਦੇ ਨੇ ਇਸ ਵਾਸਤੇ ਅਸਾਂ ਲੋਕ ਵਾਮ ਨੂੰ ਰਾਜ਼ੀ ਰੱਖਣੇ ਅੱਲਾ ਨੂੰ ਰਾਜ਼ੀ ਨਹੀਂ ਕਰਦੇ ਅਤੇ ਮੈਂ ਕਰਨਾ ਅੱਲਾ ਨੂੰ ਰਾਜ਼ੀ ਅਤੇ ਆਓ ਅਸੀਂ ਵਲਦੈਨ ਦੀ ਸ਼ਾਨ ਬਿਆਨ ਕਰੀਏ ਦੱਸੀਏ ਕਿ ਵਲਦੈਨ ਦਾ ਕੀ ਮਕਾਮ ਹੈ ਸੁਭਾਨ ਅੱਲਾ ਅੱਲਾਹ ਅਕਬਰ ਜੱਲਾ ਸ਼ਾਨ ਹਜ਼ਰਤ ਲਾਮਾ ਜਲਾਲੁਦੀਨ ਔਲੀਆ ਲਾਮਾ ਜਲਾਲੁਦੀਨ ਸਯੂਤੀ ਰਹਿਮਤੁਲਾਹ ਤਾਲਾ ਆਪ ਆਪਣੀ ਕਿਤਾਬ ਦੇ ਅੰਦਰ ਇੱਕ ਜਗ੍ਹਾ 'ਤੇ ਲਿਖਦੇ ਨੇ ਆਪ ਫਰਮਾਉਂਦੇ ਨੇ ਕਿ ਇਹ ਲੋਕੋ ਇੱਕ ਬਾਪ ਅਤੇ ਮਾਂ ਉਹਨਾਂ ਦੇ 2 ਬੇਟੇ ਸਨ ਇੱਕ ਬੇਟਾ ਆਲਮੇ ਦੀਨ ਸੀ ਹਾਫਜ਼ੇ ਕੁਰਾਨ ਸੀ ਕਾਰੀਏ ਕੁਰਾਨ ਸੀ ਦੂਸਰਾ ਬੇਟਾ ਦੁਨੀਆਦਾਰ ਸੀ ਹਜ਼ਰਤ ਮੁਹਤਰਮ ਜਿਸ ਵੇਲੇ ਆਲਮੇ ਦੀਨ ਹਾਫਜ਼ੇ ਕੁਰਾਨ ਨੇ ਆਪਣੇ ਦੁਨੀਆਦਾਰ ਭਾਈ ਨੂੰ ਕਹਿਣਾ ਨਮਾਜ਼ ਪੜ੍ਹਿਆ ਕਰ ਕੁਰਾਨ ਪੜ੍ਹਿਆ ਕਰ ਦੁਨੀਆਂ ਦੇ ਅੰਦਰ ਨੇਕੀ ਕਰਿਆ ਕਰ ਵਕਤ ਗੁਜ਼ਰਦਾ ਰਿਹਾ ਕੁਝ ਅਰਸੇ ਤੋਂ ਬਾਅਦ ਉਸ ਬਾਈ ਉਸ ਬੱਚੇ ਦੀ ਮੌਤ ਦਾ ਵਕਤ ਕਰੀਬ ਆ ਗਿਆ ਚਾਰ ਪਾਈ 'ਤੇ ਲੇਟੇ ਆ ਉਹ ਹੀ ਭਾਈ ਮਦਰਸੇ 'ਚੋਂ ਆਏ ਆ